ਅੱਜ ਕੋਟਕਪੂਰਾ ਦੇ ਫੇਰੂਮਾਨ ਚੌਂਕ ਵਿੱਚ ਦੁਕਾਨਦਾਰਾਂ ਤੇ ਮੁਹੱਲਾ ਨਿਵਾਸੀਆਂ ਨੇ ਧਰਨਾ ਲਗਾਇਆ। 15 ਦਿਨ ਤੋਂ ਨਾਲੇ ਬੰਦ ਹੋਣ ਕਾਰਨ ਅਤੇ ਸੜਕਾਂ ਦੇ ਪਾਣੀ ਭਰਨ ਕਾਰਨ ਮੁਹੱਲਾ ਵਾਸੀ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਗਏ ਸਨ, ਪਰੰਤੂ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ। ਗੁੱਸੇ ਵਿੱਚ ਆ ਕੇ ਲੋਕਾਂ ਨੇ ਰੋਡ ਜਾਮ ਕਰ ਦਿੱਤਾ ਅਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਮੌਕੇ ਤੇ ਪਹੁੰਚੇ ਕੌਂਸਲ ਦੇ ਈਓ ਪਰਮਿੰਦਰ ਸਿੰਘ ਸਕੀਜਾ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਨਾਲੇ ਸਾਫ਼ ਕਰਵਾ ਕੇ ਜਲਦੀ ਹੀ ਪਾਣੀ ਚੱਲਦਾ ਕਰਵਾ ਦੇਣਗੇ ਅਤੇ ਲੱਗਿਆ ਹੋਇਆ ਜਾਮ ਹਟਵਾਇਆ। ਮੁਹੱਲਾ ਵਾਸੀਆਂ ਨੇ ਉਹਨਾਂ ਨੂੰ 3 ਦਿਨ ਦਾ ਟਾਈਮ ਦਿੱਤਾ ਅਤੇ ਕਿਹਾ ਕਿ ਜਿੰਨਾ ਚਿਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਇਸੇ ਤਰ੍ਹਾਂ ਹੀ ਜੰਮ ਕੇ ਸੰਘਰਸ਼ ਜਾਰੀ ਰੱਖਣਗੇ। ਕੋਟਕਪੂਰਾ ਤੋਂ ਮੱਖਣ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ। ਜੋਤੀ ਬੜੇ ਖੜੇ ਤੂੰ ਇੱਥੇ ਪੁੱਤ ਖੜੇ ਮਿੰਟ ਦੱਸ। ਹਾਂਜੀ ਸਰ, ਕੀ ਨਾਮ ਹੈ ਜੀ ਆਪਣਾ? ਰਾਜਵਿੰਦਰ ਸਿੰਘ ਜੀ। ਕਿੰਨੇ ਨੰਬਰ ਵਾਰਡ ਦੇ ਐਮਸੀ ਹੋ ਜੀ? ਵਾਰਡ ਨੰਬਰ 15 ਜੀ। ਹਾਂਜੀ, ਕੀ ਮਸਲਾ ਸਰ? ਮਸਲਾ ਇਹ ਹੈ ਜੀ, ਇੱਥੋਂ ਨਾ ਦਾ ਪਾਣੀ ਸਾਫ਼ ਹੁੰਦਾ ਚੰਗੀ ਤਰ੍ਹਾਂ ਜੀ, ਮਸ਼ੀਨਾਂ ਲਾ ਦਿੰਦੇ ਆ ਉਹ ਪਾਣੀ ਜ਼ਿਆਦਾ ਦਿੱਕਤ ਵੱਧ ਆਉਂਦੀ ਆ ਅਤੇ ਨਾ ਹੀ ਪੂਰੀ ਤਰ੍ਹਾਂ ਸਫਾਈ ਹੁੰਦੀ ਆ ਸਰ। ਮਿੱਠੀਆਂ ਗੋਲੀਆਂ ਮਿਲਦੀਆਂ ਜੀ, ਹੋਰ ਕੋਈ ਕੁਛ ਨਹੀਂ ਹੁੰਦਾ ਜੀ। ਆਹ 2 ਦਿਨ ਦਾ ਬਹਾਨਾ ਲਾ ਕੇ ਚੱਲ ਗਏ ਆ, 3 ਦਿਨਾਂ ਨੂੰ ਇਹੀ ਕੁਛ ਹੋਣਾ ਚਾਹੀਦਾ। ਰਾਸਤਾ ਬੰਦ ਕੀਤਾ ਇਹਦੇ ਸੰਬੰਧੀ ਕੀ ਕਹਿਣਾ ਚਾਹੁੰਦੇ? ਅਸੀਂ ਕਹਿਣਾ ਚਾਹੁੰਦੇ ਹਾਂ ਵੀ ਇੱਥੇ ਸੀਵਰੇਜ ਦਾ ਕਰਕੇ ਪਾਣੀ ਬਹੁਤ ਜ਼ਿਆਦਾ ਖੜਦਾ। ਇੱਥੇ 1 ਮਹੀਨਾ ਹੋ ਗਿਆ ਸਾਡੇ ਘਰਾਂ 'ਚ ਪੀਲੀਏ ਦੀਆਂ ਬਿਮਾਰੀਆਂ ਫੈਲ ਗਈਆਂ। 1 ਮਹੀਨੇ ਤੋਂ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਕਹਿ ਰਹੇ ਹਾਂ ਜੀ, ਸਾਨੂੰ ਵੀ ਨਰਕ ਭੁਗਤਦੇ ਪਏ ਹਾਂ। ਬਰਾੜ ਸਾਹਿਬ ਨੂੰ ਵੀ ਕਿਹਾ, ਕਾਲੇ ਗਰੋਵਰ ਨਾਲ ਸਾਡੀ ਰੋਜ਼ ਗੱਲ ਹੁੰਦੀ ਆ ਪਰ ਕੋਈ ਸੁਣਵਾਈ ਨਹੀਂ ਹੋਈ। ਉਹਦੇ ਕਰਕੇ ਅੱਜ ਬੱਚਿਆਂ ਨੂੰ ਪ੍ਰੋਬਲਮ ਸਕੂਲ ਦੇ ਜਾਣ ਲੱਗਿਆ, ਉਹਦੀ ਵਜ੍ਹਾ ਨਾਲ ਅੱਜ ਇਹ ਜਾਮ ਲਾਇਆ ਗਿਆ ਤਾਂ ਜੋ ਇਹ ਨਰਕ 'ਚੋਂ ਨਿਕਲਿਆ ਜਾਵੇ ਅਤੇ ਸਾਡੇ ਘਰਾਂ 'ਚੋਂ ਪੀਲੀਆਂ ਦੀਆਂ ਬਿਮਾਰੀਆਂ ਤੋਂ ਬਚਿਆ ਜਾਵੇ। ਹੁਣ ਈਓ ਸਾਹਿਬ ਆਏ ਸੀ, ਕੀ ਕਹਿ ਕੇ ਗਏ ਤੁਹਾਨੂੰ? ਇਹਨਾਂ ਨੇ ਸਾਨੂੰ 2 ਦਿਨ ਦਾ ਕਿਹਾ ਜੀ ਵੀ 2 ਦਿਨਾਂ ਦੇ ਵਿੱਚ ਇੱਥੇ ਜਾਲ ਪਾ ਕੇ ਅਸੀਂ ਅਤੇ ਕਲੀਅਰ ਕਰ ਦਿਆਂਗੇ, ਅੱਜ ਤੋਂ ਬਾਅਦ ਪਾਣੀ ਦੀ ਪ੍ਰੋਬਲਮ ਅਤੇ ਸੜਕ ਦਾ ਐਸਟੀਮੇਟ ਬਣਾ ਕੇ ਸੜਕ ਉੱਚੀ ਕਰ ਦਿਆਂਗੇ। ਅਸੀਂ ਇਹਨਾਂ ਨੂੰ 3 ਦਿਨ ਦਾ ਟਾਈਮ ਦਿੱਤਾ ਜੀ, ਜੇ ਇਹਨਾਂ ਨੇ 3 ਦਿਨਾਂ ਦੇ ਵਿੱਚ ਸਾਡਾ ਕੋਈ ਹੱਲ ਨਾ ਕੀਤਾ ਗਿਆ ਤੇ ਪੱਕੇ ਤੌਰ ਤੇ ਜਾਮ ਕਰਕੇ ਲਾ ਕੇ ਤੇ ਦਰੀਆਂ ਵਿਛਾ ਕੇ ਬਹਿ ਜਾਾਂਗੇ ਉਹਨਾਂ ਦਾ, ਜਿੰਨਾ ਚਿਰ ਹਾਂ ਪੂਰਾ ਹੱਲ ਨਹੀਂ ਹੁੰਦਾ ਜੀ। ਜੋਤੀ ਬੜੇ ਖੜੇ ਤੂੰ ਇੱਥੇ ਪੁੱਤ ਖੜੇ ਮਿੰਟ ਦੱਸ। ਹਾਂਜੀ ਸਰ, ਜਿਹੜਾ ਫਿਰੂਮਾ ਚੌਂਕ ਦੇ ਵਿੱਚ ਦੁਕਾਨਦਾਰਾਂ ਨੇ ਧਰਨਾ ਲਿਆ ਸੀ ਉਹਦੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਪਿਛਲੇ ਦਿਨਾਂ 'ਚ ਸੀਵਰ 'ਚ ਬਹੁਤ ਸੀਵਰੇਜ ਬੋਰਡ ਵੱਲੋਂ ਆਪਦੀ ਸਫਾਈ ਕਰਾ ਗਈ, ਪਾਈਪਾਂ ਦੀਆਂ ਹੋਰ ਟੈਂਕਾਂ ਟੁੰਕਾਂ ਵੀ ਪਲੱਗ ਕੀਤੇ ਹੋਏ ਸੀ ਸੀਵਰ ਸਾਰੇ। ਉਹਨਾਂ ਨੇ ਪਲੱਗ ਲਾ ਤੇ ਪਾਣੀ 3 ਦਿਨਾਂ ਦੀ ਪ੍ਰੋਬਲਮ ਉਹਨਾਂ ਦਾ ਨਾਲਿਆਂ 'ਚ ਖੜਦਾ ਸੀ। ਬਾਕੀ ਮੌਕੇ 'ਤੇ ਗਏ, ਉਹਨਾਂ ਨੇ ਹੋਰ ਪ੍ਰੋਬਲਮ ਦੱਸੀਆਂ, ਉਹਨਾਂ ਦਾ ਹੱਲ ਅਸੀਂ ਜਲਦੀ ਕਰ ਰਹੇ ਹਾਂ। ਕੋਈ ਗਲੀ ਬਣਾਉਣੀ ਆ ਜਾਂ ਜਿਸ ਤਰ੍ਹਾਂ ਨਾਲੀ ਚੱਕਣੀ, ਉਹਦਾ ਐਸਟੀਮੇਟ ਬਣਾ ਕੇ ਅਸੀਂ ਨਗਰ ਕੌਂਸਲ ਦੀ ਮੀਟਿੰਗ 'ਚ ਰੱਖਾਂਗੇ, ਉਹਦਾ ਜਲਦੀ ਉਹਦਾ ਹੱਲ ਕਰਾਂਗੇ। ਉਹ ਕਹਿੰਦੇ ਅਸੀਂ ਵੀ 12 ਦਿਨ ਦੇ ਜੋ ਸਾਰੇ ਮਹਿਕਮਿਆਂ ਦੇ ਵਿੱਚ ਪਹੁੰਚੇ ਹਾਂ ਅਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ, ਉਹਦੇ ਬਾਰੇ ਕੀ ਕਹਿੰਦੇ? ਮੇਰੇ ਕੋਲ ਨਹੀਂ ਆਏਗਾ, ਮੇਰੇ ਕੋਲ ਅੱਜ ਹੀ ਪਤਾ ਲੱਗਾ ਇਹਦਾ ਪ੍ਰੋਬਲਮ। ਮੈਂ ਕਿਹਾ ਜਦੋਂ ਮੇਰੇ ਕੋਲ ਆਉਂਦੇ ਰਹੀ ਮੇਰੇ ਬੰਦੇ ਜਾ ਕੇ ਉੱਥੇ ਸਾਡੇ ਨਗਰ ਕੌਂਸਲ ਦੀ ਸਫਾਈ ਕਰਦੇ ਰਹੇ ਆ, ਅੱਜ ਜੇ ਪ੍ਰੋਬਲਮ ਜ਼ਿਆਦਾ ਆਈ ਤਾਂ ਮੈਂ ਖੁਦ ਮੌਕੇ 'ਤੇ ਇਸੇ ਕਰਕੇ ਗਿਆ ਸੀ।